ਸ਼ਿੰਗਾਰ ਹੋ ਗਈ। ਲਓ ਪਿੰਡ ਦੇ ਵਿੱਚ ਦੋ ਦੇ ਸਾਹਮਣੇ ਤਕੜੇ ਹੁੰਦੇ ਆ, ਇੱਕ ਸਰਪੰਚੀ ਇੱਕ ਨੰਬਰਦਾਰੀ, ਤੇ ਮੁੰਡਾ ਨੰਬਰਦਾਰਾਂ ਦਾ ਲਾਲਚ ਹੈਗਾ ਤੇ ਇੱਕ ਪਾਸੇ ਮੁੰਡਾ ਸਰਪੰਚਾਂ ਦਾ, ਇੱਕ ਪਾਸੇ ਮੁੰਡਾ ਸਰਪੰਚਾਂ ਦਾ। ਲਓ ਜਸਵਿੰਦਰ ਸਿੰਘ ਬਰਾੜ ਕਿੰਨੀ ਨੰਬਰਦਾਰ ਦੇ ਲਾਲ ਕਰਦੀ ਹੈ, ਕਿੰਨੀ ਨੰਬਰਦਾਰ ਦੀ ਲਾਲ ਕਰਦੀ ਹੈ। ਇਹ ਗੱਲ ਵੀ ਪੱਕੀ ਆ ਕਿ ਪੰਜ ਸਾਲ ਮੈਂਬਰੀ, ਪੰਜ ਸਾਲ ਸਰਪੰਚੀ, ਪੰਜ ਸਾਲ MLA, ਪੰਜ ਸਾਲ MP, ਪੰਜ ਸਾਲ ਮੁੱਖ ਮੰਤਰੀ, ਪੰਜ ਸਾਲ ਪ੍ਰਧਾਨ ਮੰਤਰੀ ਤੇ ਪੰਜ ਸਾਲ ਰਾਸ਼ਟਰਪਤੀ ਚੱਲਦਾ। ਜੇ ਜ਼ਿਆਦਾ ਕੰਮ ਕੋਈ ਬੰਦਾ ਵਧੀਆ ਕਰਦੇ 10 ਸਾਲ ਹੋ ਜਾਂਦੀ ਹੈ, ਵੱਧ ਤੋਂ ਵੱਧ 15। ਨੰਬਰਦਾਰੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਨੰਬਰਦਾਰੀ ਇੱਕ ਉਹੋ ਜਿਹੀ ਚੀਜ਼ ਆ ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਨੰਬਰਦਾਰ ਇਹੀ ਹੋ 53 ਕਹਿੰਦੇ 53 ਹੋ ਗਏ 53। ਲਓ ਬਾਹਰ ਜਿਹੜੀ ਦੌੜ ਸੋਨੇ ਨਾਇਆ ਦੀ ਟੀ ਫਿਰ ਭਾਈ 99 ਨੰਬਰ ਮਿਲਦਾ। ਲਓ ਸਮੇਂ ਨੰਬਰਦਾਰ ਵਾਲ ਕਰੇਗਾ, ਨੰਬਰਦਾਰ ਵਾਲ ਕਰੇਗਾ। ਕੀ ਗੱਲ ਸੁਣ, ਨੰਬਰਦਾਰਾ ਪਟਲਾ ਨਰਮਾ ਬੀਜ ਗਵਾਰਾ, ਹੋ ਜੂ ਫਸਲ ਬਥੇਰੀ ਵੇ, ਕੇ ਸੂਟ ਸਵਾ ਦੇ ਮੈਨੂੰ ਨੀ ਤਾਂ ਮਰਜ਼ੀ ਤੇਰੀ ਵੇ, ਸੂਟ ਸਵਾ ਦੇ ਮੈਨੂੰ ਨੀ ਤਾਂ ਮਰਜ਼ੀ ਮਰਜ਼ੀ ਮਰਜ਼ੀ। ਸਰਪੰਚ ਆ ਗਿਆ ਨੰਬਰਦਾਰਾ, ਉਹ ਸਰਪੰਚ ਆ ਗਿਆ ਨੰਬਰਦਾਰਾ, ਸਰਪੰਚ ਆ ਗਿਆ, ਸਰਪੰਚ ਆ ਗਿਆ ਸਾਹਮਣੇ। ਲੈਲਾ ਤੂੰ ਸਰਪੰਚੀ ਵੇ ਕੜਾਹੀ ਦੇਵਾ ਬਾਬੇ ਦੀ, ਕਦੇ ਰਾਜ ਬਣਾ ਰਹੀਆਂ ਗੱਲਾਂ ਕਿ ਸਰਕਾਰੀ ਪੈਸਾ ਖਾਵਾਂਗੇ, ਐਨ ਕੀਤਾ ਵਿੱਚ ਬੜੀਆਂ ਗੱਲਾਂ ਸਰਪੰਚਾਂ ਦੀਆਂ ਚੱਲਦੀਆਂ ਹੈ। ਨੰਬਰਦਾਰ ਦੀ ਵਾਲ ਕਿੱਡਾ ਵੱਡਾ ਜ਼ਿੰਦਗੀ ਦਾ ਕਹਿਰ ਹੋ ਗਿਆ, ਸੱਜਣ ਬਣਾਉਣ ਵਾਲਾ ਗੈਰ ਹੋ ਗਿਆ। ਮੰਨਾ ਝੁੱਟਿਆ ਵਾਲੇ ਵਾਲਾ ਐਨ ਤੁਰਿਆ ਬੈਠਾ ਤੇ ਵੱਡੇ ਵਾਲ ਕਰੀ ਆਉਂਦਾ। ਇੰਦਰ ਟੋਂਕੇ ਵਾਲਾ ਵੀ ਆਇਆ ਹੋਇਆ ਰਵੀ ਨੂਰ ਬਮੇਰ ਦੇ ਨਾਲ, ਯਾਨੀ ਫੱਟੇ ਦੇ ਗੱਡੇ ਕਿੱਲ ਲੱਗੀ ਆ। ਇੰਦਰ ਟੋਂਕਿਆ ਵਾਲਾ ਵੀ ਆਇਆ, ਲੋ ਜਸਵਿੰਦਰ ਲਾਲ ਤਲਵਿੰਦਰ ਕਰਦਾ 40 ਬਾਲ ਜਿਹੀ ਸਾਟ, ਬਾਲ ਜਿਹੀ ਸਾਟ। ਅੱਜ ਕਿਤੇ 40 ਵਰਗੇ ਦਾ ਪੈਰ ਭੁੰਡੇ ਨਹੀਂ ਲੱਗਦਾ ਵੀ ਵੱਡੇ ਸੱਪ ਆਇਆ। ਇੰਡੀਆ ਦੀ ਗਗਨ ਦੀ ਬੜੀ ਖੁਸ਼ ਆ, ਗਗਨ ਸਾਹਿਬ ਦਾ ਬੜਾ ਹੀ ਖੁਸ਼ ਆ ਕਿ ਅੱਜ ਉਹ ਹੋ ਗਿਆ ਜਿਹਨੂੰ ਦੁਨੀਆ ਅੱਤ ਕਹਿੰਦੀ ਆ, ਅੱਤ ਕਹਿੰਦੀ ਆ। ਲਓ ਬੜੇ ਖਿਡਾ ਸ਼ਾਟ ਰਣੇਰਾ ਇੱਕ, ਰਣੇਰਾ ਇੱਕ ਆ ਗਿਆ ਜਾਂ ਨਹੀਂ। ਤਲਵਿੰਦਰ ਕਹਿੰਦਾ ਮੈਂ ਦੇਖਦਾ ਨੰਬਰਦਾਰਾ ਤੈਨੂੰ ਮਾੜਾ ਸਮਝਦਾ, ਬਈ ਮੁੰਡੇ ਨੂੰ ਠੱਕਾ ਮਾਰੂਗਾ। ਆਦਰ ਹੋਏ ਟਰਾਈ ਸਰਪੰਚ ਆਖਿਆ ਖੜਾ ਟੋਪੀ ਲਾਈ ਆ ਤੇ ਫੇਰ ਰਹੀ ਆ, ਲਾ ਕੇ ਟੋਪੀ ਫੇਰ ਰਹੀ ਆ। ਉਧਰ ਦੇਖੋ ਸਾਹਮਣੇ ਜਿੰਨੀ ਦੀ ਬਾਲ ਸਾਹਮਣੇ ਲਾਓ ਦੀ ਸਮਾਪਤੀ ਕਿੰਨੇ ਹੈ 57। ਲੈ ਵੀ ਡਾਕਟਰ 57 ਮਾਰਨੇ ਪੈਣਗੇ 57 ਰਨ ਦਾ ਵਿਚਾਰ।